मतलब है नहीं थोड़ी कुछ नहीं लगती। ओ नहीं मम्मी जी, तुसी छोटे ते ए बड़े, मैनू तुसी आपे ही समझाया कि बड़िया दा आदर करना नाले प्यार भी। पर पहला मैनू ए दस, तेरे पांच नंबर घट किदा आए वे? ओ मैं दे वांगू नकल ही ना मारदा। देख लो बीजी नलायक जा, आप लो जांदा आओ पर्चियां बना बना के। देख लो इनू पता जे पर्चियां किदा खरीदियां, चोर की दाढ़ी में तिनका। ओ भाई जी, ओ तू चंगी भरी कुड़ी ने दाढ़ी लाई जाना। गुल्लू बंदा बन जा, देख लो बीजी एवे छड़न लग पया। ना वे गुल्लू, ओ राणो भण मैं तो तेरा ही पख लै रहा सी। ओ नहीं ता पर्चियां पा पा के थोड़ा फट जांदा हुंदा। मैनू पता लग गया वी तुसी दोवें बहुत होशियार हो, नलायक नहीं हो नकला मारन वाले। गुल्लू वीरे वांगू भाई मैं तो चौथी जमात तक मास्टर नु गाजा मुड़के खवा खवा के फचौंदा रहा, ते पंजवी जमात च दोबारा बननी पई है। की गल है, अजकल पग थोड़ी ज्यादा ही चिण चिण के बननी जा रही है। ਵੇਖੀ ਕਿਤੇ ਤੇਰੇ ਦਫ਼ਤਰ ਦੇ ਨੇੜੇ ਤੇੜੇ ਕੋਈ ਸੋਹਣੀ ਜਿਹੀ ਕੁੜੀ ਤਾਂ ਨਹੀਂ ਰਹਿੰਦੀ? ਉਹ ਛੱਡੋ ਬੀਜੀ, ਕੋਈ ਕੁੜੀ ਦਾ ਚੱਕਰ ਨਹੀਂ, ਤੁਸੀਂ ਵੀ ਨਾ ਬਸ। ਵੇਖ ਤਾਂ ਕਿਵੇਂ ਕੁੜੀਆਂ ਵਾਂਗੂ ਸ਼ਰਮਾਂਦਾ, ਪਰ ਪੁੱਤ ਕਦੇ ਨਾ ਕਦੇ ਤਾਂ ਤੇਰੇ ਵਾਸਤੇ ਕੁੜੀ ਦੇਖਣੀ ਹੋਈ ਹੈ। ਚੰਗਾ ਜਾ ਡਾਇਨਿੰਗ ਟੇਬਲ ਤੇ ਬੈਠ ਜਾ ਕੇ, ਮੈਂ ਭੇਜਦੀ ਹਾਂ ਤੇਰਾ ਨਾਸ਼ਤਾ। ਬੀਜੀ ਤੁਸੀਂ ਨਹੀਂ ਆਉਣਾ? ਮੈਂ ਵੀ ਆਉਣਾ ਹੈ, ਪਰ ਉਹ ਛੋਟੇ ਬਦਮਾਸ਼ ਨੂੰ ਤਾਂ ਉਠਾ ਦਾਂ। ਅੱਛਾ ਜੀ, ਮਤਲਬ ਮੈਂ ਵੱਡਾ ਬਦਮਾਸ਼ ਹਾਂ? ਨਹੀਂ, ਮੇਰੇ ਤਾਂ ਦੋਵੇਂ ਪੁੱਤ ਬਹੁਤ ਸਿਆਣੇ ਨੇ। ਤੂੰ ਤਾਂ ਪੜ੍ਹ ਲਿਖ ਕੇ ਪੁੱਤ ਦਫ਼ਤਰ ਦਾ ਸਾਰਾ ਕੰਮ ਸਾਂਭ ਲਿਆ, ਪਰ ਉਹ ਅਜੇ ਸਟੂਡੈਂਟ ਹੈ ਤੇ ਸਟੂਡੈਂਟ ਛੋਟੀਆਂ ਮੋਟੀਆਂ ਗਲਤੀਆਂ ਕਰਦੇ ਹੀ ਹੁੰਦੇ ਨੇ। ਬੀਜੀ ਸਭ ਤੁਹਾਡੇ ਲਾਡ ਪਿਆਰ ਨੇ ਵਿਗਾੜਿਆ ਹੋਇਆ ਉਹਨੂੰ, ਆਪ ਤੁਸੀਂ ਉਹਨੂੰ ਕੁਝ ਕਹਿੰਦੇ ਨਹੀਂ ਤੇ ਛੋਟੇ ਬੀਜੀ ਨੂੰ ਵੀ ਕੁਝ ਕਹਿਣ ਨਹੀਂ ਦਿੰਦੇ। ਕੋਈ ਨਾ ਪੁੱਤ, ਉਹ ਅਜੇ ਨਿਆਣਾ ਹੈ ਪਰ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈ। ਇਹੋ ਤਾਂ ਮੈਂ ਕਹਿੰਦਾ ਬੀਜੀ ਭਈ, ਉਹ ਹੁਸ਼ਿਆਰ ਹੈ, ਥੋੜ੍ਹਾ ਬਹੁਤਾ ਹੋਰ ਪੜ੍ਹਿਆ ਕਰੇ ਤਾਂ ਪੂਰੇ ਕਾਲਜ 'ਚ ਫਸਟ ਆ ਸਕਦਾ। ਕੋਈ ਗੱਲ ਨਹੀਂ, ਆਪਾਂ ਦੋਵੇਂ ਬੈਠ ਕੇ ਖਿੱਚਦੇ ਹਾਂ ਉਹਦੇ ਕੰਨ। ਚੱਲ ਤੂੰ ਬੈਠ, ਮੈਂ ਬੁਲਾ ਲਿਆ ਵਾਂ। ਕੁਲਵੰਤ ਚੱਲ ਉੱਠ ਮੇਰਾ ਪੁੱਤ, ਨਾਸ਼ਤਾ ਕਰ ਲੈ, ਤੇਰੇ ਕਾਲਜ ਦਾ ਟਾਈਮ ਹੋ ਗਿਆ। ਤੁਸੀਂ ਚੱਲੋ ਬੀਜੀ, ਮੈਂ ਪੰਜਾਂ ਮਿੰਟਾਂ 'ਚ ਆਇਆ। ਮੈਨੂੰ ਪਤਾ ਹੈ ਤੇਰੇ ਪੰਜਾਂ ਮਿੰਟਾਂ ਦਾ, ਅੱਧਾ ਘੰਟਾ ਫਿਰ ਸੁੱਤਾ ਰਹੇਗਾ, ਫਿਰ ਨਹੀਂ ਤੂੰ ਆਉਣਾ। ਚੱਲ ਉੱਠ। ਓ ਬੀਜੀ ਪਲੀਜ਼ ਸੋ ਲੈਣ ਦਿਓ, ਰਾਤੀ ਮੈਂ ਪਤਾ ਕਿੰਨੀ ਦੇਰ ਤੱਕ ਪੜ੍ਹਦਾ ਰਿਹਾ। ਓ ਛੋਟਿਆ ਕਿਹੜੀ ਬੁੱਕ ਪੜ੍ਹਦਾ ਰਾਤੀ? ਕਿਉਂ ਤੂੰ ਕੀ ਲੈਣਾ? ਮੈਂ ਵਾਰਸ ਦੀ ਹੀਰ ਪੜ੍ਹਦਾ ਸੀ। ਸੱਚੀ ਪੁੱਤ ਤੂੰ ਅੱਧੀ ਰਾਤ ਤੱਕ? ਨਹੀਂ ਬੀਜੀ, ਇਹ ਕੋਗੜ ਦਾ ਮੂੰਹ ਤੇ ਕਿਤਾਬ ਰੱਖ ਕੇ ਕੂਕ ਸੁੱਤਾ ਪਿਆ ਸੀ 10 ਵਜੇ ਹੀ। ਉਹ ਤਾਂ ਮੈਂ ਕਮਰੇ 'ਚ ਆ ਕੇ ਬੁੱਕ ਚੁੱਕ ਕੇ ਲਾਈਟ ਆਫ ਕਰਕੇ ਗਈ ਸੀ। ਅੱਖੇ ਵੱਡਾ ਪੜਾਕੂ, ਮੈਂ ਰਾਤੀ ਦੇਰ ਤੱਕ ਪੜਦਾ ਰਿਹਾ। ਤੂੰ ਇਹਦੇ ਕੰਨ ਤੋਂ ਫੜ ਕੇ ਬਿਠਾ ਦੇਣਾ ਸੀ ਇਹਨੂੰ। ਕਿਉਂ ਵੇ ਝੂਠਿਆ, ਕੰਨਾਂ ਤੇ ਇੰਜ ਚਾਹੀਦਾ ਸੀ, ਮੈਂ ਤਾਂ ਵੱਡਾ ਹੈ। ਸ਼ਰਮ ਮਾਰ ਗਈ ਮੈਨੂੰ। ਸ਼ਰਮ ਤੈਨੂੰ? ਮੈਂ ਸਵੇਰੇ ਸਵੇਰੇ ਬੀਜੀ ਨੂੰ ਮੇਰੀਆਂ ਸ਼ਿਕਾਇਤਾਂ ਲਾਈ ਜਾਂਦੀ ਹੈ, ਜਿਹੋ ਜਿਹੇ ਕਾਲਜ ਜਾਣਾ ਉਹੋ ਜਿਹੇ ਬਣਨਾ ਸ਼ਿਕੀਤੀ ਟੱਟੂ। ਬੀਜੀ ਵੇਖ ਲਓ, ਮੈਨੂੰ ਸ਼ਿਕਾਇਤੀ ਟੱਟੂ ਕਹਿੰਦਾ, ਕਦਾ ਜਾਣਾ ਹੋਵੇ ਤੇ। ਹਾਂ ਕੁੜੀਏ, ਵੀਰ ਨੂੰ ਇਦਾਂ ਨਹੀਂ ਬੋਲੀਦਾ। ਆ ਦੇਖ ਲਓ ਬੀਜੀ, ਇਹਨੂੰ ਵੱਡੇ ਭਰਾ ਦਾ ਜਰਾ ਵੀ ਲਿਹਾਜ਼ ਨਹੀਂ ਹੈ। ਬੇਅਕਲ, ਅਕਲਾ ਉਮਰਾਂ ਨਾਲ ਨਹੀਂ ਆਉਂਦੀਆਂ। ਸਾਡੇ ਕੋਲ ਚ ਪੂਰਾ ਚਪੜਾਸੀ ਹੈ, ਫੇ ਤਾਂ ਤੇਰੇ ਨਾਲ ਜ਼ਿਆਦਾ ਸਿਆਣਾ ਹੋਇਆ। ਤੁਹਾਡੇ ਕੋਲ ਚ ਕੁੜੀਆਂ ਦੇ ਕੋਲ ਚ ਬੁੜਾ ਚਪੜਾਸੀ? ਲੈ ਫੇਰ ਤਾਂ ਉਹ ਬੜਾ ਸਿਆਣਾ ਹੈ, ਨੌਕਰੀ ਦੀ ਨੌਕਰੀ, ਨਾਲੇ ਬੰਦਾ ਉਹ ਹੀ ਕੀੜਿਆ ਰਹਿੰਦਾ ਹੈ। ਆ ਗਈ ਤਾਂ ਅਸਲੀ ਮੂੰਹ ਤੇ ਬੀਜੀ, ਇਹ ਤੁਹਾਡਾ ਵੱਡਾ ਲਾਡਲਾ ਪੜਦਾ ਘੱਟ ਹੈ ਤੇ ਕਾਲਜ ਚ ਮਰਡਰ ਗਸ਼ਤ ਜ਼ਿਆਦਾ ਕਰਦਾ। ਅੱਛਾ ਦੇਖ ਲਓ ਬੀਜੀ, ਐਵੀਂ ਬਕਵਾਸ ਕਰੀ ਜਾਂਦੀ ਹੈ ਇਹਨੂੰ ਜਿੱਦਾਂ ਤੈਨੂੰ ਏਦਾਂ ਲੱਗਦਾ। ਮੈਂ ਬਿਲਕੁਲ ਏਦਾਂ ਲੱਗਦਾ ਵੀ ਪੁੱਤ ਇਹ ਤੇਰੀ ਪੁਰਾਣੀ ਆਦਤ ਹੈ, ਮੂੰਹ ਤੇ ਕਿਤਾਬ ਰੱਖ ਕੇ ਸੋਣਾ ਤਾਂ ਪੱਕਾ ਹੈ। ਤੇ ਮਨਾ ਗਸ਼ਤੀ ਕਰਨਾ ਜਵਾਨੀ ਦੀ ਹੋਣੀ? ਨਹੀਂ ਤੂੰ ਆਪਣੇ ਨੂੰ ਨਿਆਣੀ ਸਮਝਦੀ ਹੈ, ਘੱਟ ਤੂੰ ਵੀ ਨਹੀਂ। ਬੀਜੀ ਕੱਲ ਇੱਕ ਕਾਲਜ ਬੰਦੇ ਦੇ ਪਿੱਛੇ ਮੋਟਰਸਾਈਕਲ ਤੇ ਘੁੰਮਦੀ ਸੀ। ਅੱਛਾ ਬੀਜੀ ਝੂਠ ਬੋਲਦਾ, ਸਟੂਪਿਡ ਆਈ ਹੇਟ ਯੂ। ਹੁਣ ਲੱਗਿਆ ਸੇਕ, ਇਹਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ। ਨਾ ਬੁੱਤ ਨਾ। ਲਓ ਪਾਪਾ ਜੀ ਤੁਹਾਡਾ ਨਾਸ਼ਤਾ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ, ਤਕੜਾ ਹੈ ਪੁੱਤਰਾ? ਇੰਨਾ ਵੀ ਤਕੜਾ ਨਹੀਂ ਜੀ ਜਿੰਨਾ ਤੁਸੀਂ ਕਹਿ ਰਹੇ ਹੋ, ਵੈਸੇ ਰਾਜੀ ਖੁਸ਼ੀ ਹਾਂ, ਤੰਦਰੁਸਤ ਹਾਂ। ਪਾਪਾ ਜੀ ਤੁਸੀਂ ਨਾਸ਼ਤਾ ਕਰ ਲਓ, ਬੀਜੀ ਨੇ ਅੱਜ ਪਰੌਂਠੇ ਬਹੁਤ ਸਵਾਦ ਬਣਾਏ ਨੇ। ਬਈ ਫਿਰ ਤਾਂ ਇੱਕ ਅੱਧ ਪਰੌਂਠਾ ਮੈਨੂੰ ਵੀ ਖਾਣਾ ਹੀ ਪਊ। ਬਲਵੰਤਿਆ ਤੂੰ ਵੀ ਖਾਏਗਾ ਪੁੱਤ? ਨਹੀਂ ਜੀ, ਆਪਾਂ ਤਾਂ ਘਰੋਂ ਫਿੱਟ ਹੋ ਕੇ ਆਏ ਹਾਂ, ਬੀਜੀ ਨੇ ਧੱਕੇ ਨਾਲ ਹੀ ਇੱਕ ਪਰੌਂਠਾ ਮੈਨੂੰ ਵੱਧ ਖਵਾਤਾ। ਸ਼ਮਸ਼ੇਰ ਸਿਆ, ਆਹ ਫਾਇਦਾ ਹੁੰਦਾ ਦੋ ਦੋ ਮਾਵਾਂ ਹੋਣ ਦਾ। ਬਈ ਦੋਵਾਂ ਭੈਣਾਂ ਨੇ ਅੱਜ ਤੱਕ ਕਿਸੇ ਵੀ ਬੱਚੇ ਨੂੰ ਪਰਾਏ ਹੋਣ ਦਾ ਸੁਪਨਾ ਤੱਕ ਨਹੀਂ ਆਉਣ ਦਿੱਤਾ। ਬਾਈ ਮਾਸੀਆਂ ਤਾਂ ਮਾਵਾਂ ਨਾਲੋਂ ਵੀ ਵੱਧ ਹੁੰਦੀਆਂ ਨੇ। ਪਰ ਜੇ ਮਨਾਂ 'ਚ ਫਰਕ ਨਾ ਆਵੇ ਤਾਂ? ਹੋਵੇ ਵੀ ਕਿਵੇਂ,
जिवें वो दोवें भैणा ने इवें ही तुहाडा दोवां भरावां दा प्यार सी। असीं सारी उम्र इक्को थाली च खांदे रहे हां। हैलो, हाँ जी मिस्टर रेड्डी, हाँ 10 गाड़ी, ओके ओके, इट विल टेक 1 वीक सर। हाँ रेट इज ओके, यू नो सर डीजल प्राइसेस, चेन्नई इज टू फार, सच अ लॉन्ग जर्नी, या या इट विल बी डन सर, ओके ओके बाय बाय। आ फायदा हमने पढ़ाई लिखाई का, आपा तो 10वीं पास सी पर तुरदे फिरदे एक्सपीरियंस नाल ही कम रुड़ी गए, पर बलवंत सोने का कमाल ही करती, आ फोन ते ही दूर दूर तक दे कम सांभी बैठे। सियाणा निकलिया भाई, गल करन दा टंग बिल्कुल अपने ताए वर्गा है। प्रधान भी इदां ही गल्लां करदा सी, घट बोलदा पर तोल मिल के गल करदा, मजाल की सामने वाला कुछ जा हूं देख लै, जिवें इहदा अंग्रेजी च हथ खुला है, कदे बाहर जांदा ना लिया, ਉਹ ਲੋਕਾਂ ਦੇ ਧੀਆਂ ਪੁੱਤ ਵੀ ਜਾਂਦੇ ਹੀ ਆ, ਪਰ ਬੱਗੇ ਸ਼ੇਰ ਨੇ ਮੈਨੂੰ ਸਫਾਲਾ ਰੱਖਣ ਵਾਸਤੇ ਕਦੇ ਨਾਂ ਨਹੀਂ ਲਿਆ ਬਾਹਰ ਜਾਣ ਦਾ। ਉਹ ਆਪਣੇ ਮਹਿਕਮੇ ਨੂੰ ਤਾਂ ਲੋਕ ਅਨਪੜ੍ਹਾਂ ਦਾ ਮਹਿਕਮਾ ਹੀ ਸਮਝਦੇ ਸੀ, ਪੜ੍ਹ ਲਿਖ ਕੇ ਕੋਈ ਮੂੰਹ ਕਰਦਾ ਇੱਧਰ ਨੂੰ? ਆਪਣੀ ਯੂਨੀਅਨ ਦੀ ਇੱਜ਼ਤ ਵਧਾ ਦਿੱਤੀ ਆ ਇਹਨੇ। ਬਈ ਮੈਂ ਤਾਂ ਸੋਚ ਲਿਆ ਅੱਗੇ ਤੋਂ ਮੈਂ ਹੁਣ ਪ੍ਰਧਾਨਗੀ ਨਹੀਂ ਕਰਨੀ, ਇਹਨੂੰ ਹੀ ਪ੍ਰਧਾਨ ਬਣਾ ਦੇਣਾ ਹੈ। ਕਿਉਂ ਬਲਵੰਸਿਆ? ਨਹੀਂ ਅੰਕਲ ਜੀ, ਪ੍ਰਧਾਨਗੀ ਦੀ ਕੁਰਸੀ 'ਤੇ ਬੈਠੇ ਤਾਂ ਤੁਸੀਂ ਚੰਗੇ ਲੱਗਦੇ ਹੋ, ਬਾਕੀ ਕੰਮ ਦਾ ਕੀ ਹੈ, ਉਹ ਤਾਂ ਮੈਂ ਆਪੇ ਸਾਂਭੀ ਜਾਊਂ। ਸ਼ਮਸ਼ੇਰ, ਬਲਵੰਤ ਸਿੰਘ ਠੀਕ ਕਹਿ ਰਿਹਾ, ਦੇਖ ਪ੍ਰਧਾਨਗੀ ਤੇਰੇ ਕੋਲ ਰਹੋ। ਜਗਜੀਤ ਤੋਂ ਬਾਅਦ ਮੈਂ ਇੰਨੇ ਸਾਲ ਪ੍ਰਧਾਨਗੀ ਇਸ ਲਈ ਕੀਤੀ ਕਿ ਬੱਚੇ ਜਵਾਨ ਹੋ ਜਾਣ, ਹੁਣ ਬਲਵੰਤ ਵਰਗਾ ਨੇਕ ਅਤੇ ਪੜ੍ਹਿਆ ਲਿਖਿਆ ਨੌਜਵਾਨ ਹੀ ਸਾਡੀ ਯੂਨੀਅਨ ਦਾ ਪ੍ਰਧਾਨ ਹੋਣਾ ਚਾਹੀਦਾ। ਬਾਈ ਇਹ ਪ੍ਰਧਾਨਗੀ ਤਾਂ ਹੁਣ ਤੁਹਾਡੇ ਘਰ ਹੀ ਰਹੂ। ਅੰਕਲ ਜੀ ਹੁਣ ਵਿੱਚੋਂ ਤੇਰ ਮੇਰ ਕਿੱਥੋਂ ਆ ਗਈ, ਆਪਣਾ ਕੁਝ ਵੰਡਿਆ? ਵੰਡਿਆ ਤਾਂ ਨਹੀਂ, ਤੇਰਾ ਤਾਇਆ ਪ੍ਰਧਾਨ ਹੁੰਦਾ ਸੀ ਸਾਡੀ ਯੂਨੀਅਨ ਦਾ, ਤੇ ਇਹ ਤਖ਼ਤ ਪੋਸ਼ ਤਖ਼ਤ ਸੀ ਉਸ ਰਾਜੇ ਦਾ, ਮੈਂ ਵੀ ਅੱਜ ਤੱਕ ਇਹਦੇ ਉੱਤੇ ਨਹੀਂ ਬੈਠਾ। ਪੁੱਤਰਾ ਅੱਜ ਤਾਂ ਤੂੰ ਇਹਦੇ ਉੱਤੇ ਬੈਠੇਗਾ।